ਲੋਕ ਸਭਾ ਚੋਣਾਂ ਸ਼ਾਂਤੀਪੂਰਨ ਕਰਵਾਉਣ ਲਈ ਮੋਗਾ ਪੁਲਿਸ ਨਾਲ ਮੀਟਿੰਗ ਕਰਨ ਪਹੁੰਚੇ DGP ਦਿਨਕਰ ਗੁਪਤਾ। ਪੰਜਾਬ ਵਿੱਚ ਸ਼ਾਂਤੀਪੂਰਨ ਚੋਣਾਂ ਕਰਵਾਏ ਜਾਣ ਦੇ ਉਦੇਸ਼ ਨਾਲ ਮੋਗਾ ਪੁਲਿਸ ਨਾਲ ਮੀਟਿੰਗ ਕਰਨ ਲਈ ਪੰਜਾਬ ਦੇ DGP ਅੱਜ ਮੋਗਾ ਪਹੁੰਚੇ। ਇਸ ਮੌਕੇ DGP ਪੰਜਾਬ ਨੇ ਮੋਗਾ ਪੁਲਿਸ STF ਟੀਮ ਅਤੇ ਫਿਰੋਜ਼ਪੁਰ ਦੇ IG MS ਛੀਨਾ ਸਮੇਤ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਇਸ ਵਕਤ 5-6 ਗੈਂਗਸਟਰ ਪੂਰੀ ਸਰਗਰਮ ਹਨ। ਪਿਛਲੇ ਸਮੇਂ ਦੌਰਾਨ ਕਾਫੀ ਗੈਂਗਸਟਰ ਫੜੇ ਵੀ ਗਏ ਹਨ, ਲੇਕਿਨ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਗੈਂਗਸਟਰ ਕਿਸੇ ਵੀ ਤਰ੍ਹਾਂ ਚੋਣਾਂ ਸਮੇਂ ਕੋਈ ਗੜਬੜੀ ਨਾ ਕਰ ਸਕਣ। ਉਹਨਾਂ ਕਿਹਾ ਕਿ ਚੋਣਾਂ ਉਹਨਾਂ ਲਈ ਬਹੁਤ ਮਹੱਤਵਪੂਰਨ ਹਨ, ਇਸ ਲਈ 81,000 ਪੰਜਾਬ ਪੁਲਿਸ ਫੋਰਸ ਪੂਰੀ ਐਕਟਿਵ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਲੋਕਾਂ ਤੋਂ ਸਾਰਾ ਅਸਲਾ ਜਮ੍ਹਾਂ ਕਰਵਾਇਆ ਜਾਵੇ। ਅੰਮ੍ਰਿਤਸਰ ਵਿੱਚ ਫੜੇ ਗਏ ISI ਦੇ ਏਜੰਟ ਬਾਰੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਸ਼ੱਕੀ ਫੜਿਆ ਤਾਂ ਗਿਆ ਹੈ, ਪਰ ਉਸ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਬਰੀ ਦੇ ਨਾਲ ਜੋਗਿੰਦਰ ਸਿੰਘ ਦੀ ਰਿਪੋਰਟ। ਬਟ ਕਰੀਬ ਆਈ ਥਿੰਕ 5 ਜਾਂ 6 ਗੈਂਗਸਟਰ ਹੈ ਜਿਹੜੇ ਸਰਗਰਮ ਗੈਂਗਸਟਰ ਆਪਾਂ ਜਿਹਨਾਂ ਨੂੰ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ। ਕਾਫੀ ਪਿਛਲੇ ਸਾਲਾਂ ਦੇ ਵਿੱਚ, ਪਿਛਲੇ 2 ਸਾਲਾਂ ਦੇ ਵਿੱਚ ਕਾਫੀ ਗੈਂਗਸਟਰ ਫੜੇ ਗਏ, ਕਾਫੀ ਉਹਨਾਂ ਕੋਲ ਰਿਕਵਰੀਆਂ ਹੋਈਆਂ। ਸੋ ਬਾਕੀ ਇਲੈਕਸ਼ਨ ਅਸੀਂ ਵੀ ਵਿਲ ਮੇਕ ਸ਼ੋਰ ਕਿ ਕੋਈ ਗੈਂਗਸਟਰ ਕੋਈ ਇਲੈਕਸ਼ਨ ਪ੍ਰੋਸੈਸ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਾ ਕਰ ਪਾਉਣ। ਅਤੇ ਸਾਡੀ ਅੱਜ ਵੀ ਸਾਡੀ ਸਾਰੇ ਆਫਿਸਰਸ ਦੇ ਨਾਲ, ਜਿਹੜੇ ਮੋਗੇ ਡਿਸਟ੍ਰਿਕਟ ਦੇ ਸਾਡੇ ਆਫਿਸਰਸ ਹੈਗੇ ਹੈ, ਕੁਛ SHOs ਵੀ ਅੱਜ ਇੱਥੇ ਮੌਜੂਦ ਸੀ, ਉਹਨਾਂ ਨਾਲ ਮੀਟਿੰਗ ਹੋਈ ਹੈ। ਗੈਂਗਸਟਰਸ ਇੱਕ ਸਾਡੇ ਲਈ ਫੋਕਸ ਏਰੀਆ, ਪ੍ਰਾਇਰਟੀ ਏਰੀਆ ਹੈ, ਔਰ ਅਸੀਂ ਇਸ 'ਤੇ ਕੰਮ ਕਰ ਰਹੇ ਹੈਗੇ। ਆਜ ਕੀ ਮੀਟਿੰਗ ਦਾ ਇੱਕ ਮੁੱਦਾ, ਚੁਣਾਵ ਜੋ ਚੁਣਾਵ ਹੈ ਹਮਾਰੇ ਲਈ ਬੜੇ ਇੱਕ ਮਹੱਤਵਪੂਰਨ ਇੱਕ ਹਮਾਰੇ ਲਈ ਐਕਟੀਵਿਟੀ ਹੈ, ਔਰ ਹਮਾਰੀ ਸਾਰੀ ਪੁਲਿਸ ਜੋ ਕਰੀਬ 81,000 ਪੰਜਾਬ ਪੁਲਿਸ ਫੋਰਸ ਹੈ ਉਹ ਐਕਟਿਵ ਹੈ, ਉਹ ਅਲਰਟ ਹੈ, ਔਰ ਹਮ ਸਾਰੀ ਚੀਜ਼ਾਂ ਜੋ ਵੀ ਚੁਣਾਵ ਕੋ ਪੰਜਾਬ ਮੇਂ ਇੱਕ ਸੇਫ ਐਂਡ ਸਮੂਥ ਔਰ ਫਰੀ ਐਂਡ ਫੇਅਰ ਚੁਣਾਵ ਕਰਾਣੇ ਕੇ ਲੀ ਹਮ ਸਾਰੇ ਸਟੈਪਸ ਜੋ ਰਿਕੁਆਇਰਡ ਹੈ ਉਹ ਲੈ ਰਹੇ ਹਾਂ। ਔਰ ਪਹਿਲੇ ਟ੍ਰਾਂਸਫਰਸ ਵਗੈਰਾ ਹੋਣੀ ਤੀ, ਕਾਫੀ ਹਮਾਰੇ ਆਫਿਸਰਸ GOs ਵੀ SHOs ਵੀ ਉਨਕੀ ਬਦਲੀਆਂ ਹੋ ਗਈ, ਮੋਸਟਲੀ ਜੁਆਇਨ ਕਰ ਗਏ ਹੈ, ਔਰ ਉਸਕੇ ਬਾਅਦ ਜੋ ਵੀ ਹੋਗਾ ਹਮਾਰੇ ਚੁਣਾਵ ਮੇਂ ਅਭੀ ਕਰੀਬ 2 ਮਹੀਨੇ ਪੜੇ ਹੋਏ ਹੈ, ਔਰ ਵੋ ਹਮ ਸਭ ਕੁਛ ਕਰੇਂਗੇ। ਸਰ ਅਸਲਾ ਜਮ੍ਹਾਂ ਕਰਵਾਉਣ ਕੇ ਲਈ ਹਰ ਵਾਰ ਹੋਤਾ ਕਿ ਕਾਗਜ਼ੋਂ ਮੇਂ ਡਾਟਾ ਰਹਿ ਜਾਤਾ ਲੇਕਿਨ ਪੂਰਾ ਕਰਵਾਇਆ ਨਹੀਂ ਜਾਤਾ, ਉਸਕੇ ਲਈ ਕਿਆ ਕਰੇਂਗੇ? ਉਹ ਸਾਰੇ ਕਰਨਗੇ ਜੀ, ਜੋ ਅਸਲਾ ਜੋ ਵੀ ਹਦਾਇਤਾਂ ਹੈ ਇਲੈਕਸ਼ਨ ਕਮਿਸ਼ਨ ਕੀ ਉਹ ਕੰਪਲਾਈ ਵਿਦ ਕਰੀ ਜਾਏਗੀ, ਔਰ ਮੋਸਟਲੀ ਆਈ ਥਿੰਕ ਹੋ ਜਾਤਾ ਹੈ ਜੋ ਅਸਲਾ ਹੈ, ਔਰ ਹਮ ਕੋਸ਼ਿਸ਼ ਕਰੇਂਗੇ ਕਿ ਮਤਲਬ ਸਾਰਾ ਅਸਲਾ ਜੋ ਵੀ ਹਦਾਇਤਾਂ ਹੈ ਉਸਕੀ ਫੁੱਲ ਕੰਪਲਾਈਂਸ ਹੋ। ਸਰ ਅੰਮ੍ਰਿਤਸਰ ਪੁਲਿਸ ਨੇ ਕੱਲ੍ਹ ਇੱਕ ASI ਏਜੰਟ ਪਕੜਾਇਆ ਰਾਮ ਕੁਮਾਰ, ਤੋ ਉਹ ਫੌਜੀਆਂ ਦੀ ਜਾਣਕਾਰੀ ਦਿੱਤਾ ਤਾ ਵਾਂ ਵੀ ਨਹੀਂ ਵੋ ਆਪ ਅੰਮ੍ਰਿਤਸਰ ਵਾਲੋਂ ਸੇ ਲੇਂਗੇ, ਇੱਕ ਬੰਦਾ ਪਕੜਾ ਜ਼ਰੂਰ ਹੈ, ਤੋ ਵੋ ਉਸਕੀ ਮੇਰੇ ਪਾਸ ਅਭੀ ਡਾਇਰੈਕਟ ਜਾਣਕਾਰੀ ਨਹੀਂ ਹੈ ਉਸਮੇਂ, ਤੋ ਡਿਟੇਲ ਮੈਂ ਆਈ ਥਿੰਕ ਅੰਮ੍ਰਿਤਸਰ ਸੇ ਆਪ ਦੇ।